ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਮਾਈ ਚੈਨਲ ਗੁਰਪ੍ਰਸਾਦ। ਕਾਫੀ ਈਅਰ ਤੋਂ ਤੁਹਾਡੀ ਮੰਗ ਸੀ ਕਿ ਪੱਗ ਦੀ ਵੀਡੀਓ ਬਣਾਓ ਜਿਸ ਵਿੱਚ ਬਹੁਤ ਈਜ਼ੀ ਵੇ ਨਾਲ ਪੱਗ ਬਣਨੀ ਸਿਖਾਈ ਜਾਵੇ, ਪੱਗ ਬਣਨ ਲੱਗੇ ਜੋ ਵੀ ਪ੍ਰੋਬਲਮਸ ਫੇਸ ਹੁੰਦੀਆਂ ਉਹਨਾਂ ਦਾ ਸਲਿਊਸ਼ਨ ਦੱਸਿਆ ਜਾਵੇ। ਕੰਟੀਨਿਊਸਲੀ ਤੁਹਾਡੀਆਂ ਕਾਲਸ ਆ ਰਹੀਆਂ, ਮੈਸੇਜ ਆ ਰਹੀਆਂ, ਈਮੇਲਸ ਆ ਰਹੀਆਂ। ਸੋ ਤੁਹਾਡੇ ਸਾਰਿਆਂ ਦੀ ਰਿਕੁਐਸਟ 'ਤੇ ਫਸਟ ਵੀਡੀਓ ਲੈ ਕੇ ਆਇਆ। ਇਸ ਵਿੱਚ ਤੁਹਾਨੂੰ ਪਟਿਆਲਾ ਸ਼ਾਹੀ ਪੱਗ ਬਣਨੀ ਸਿਖਾਈ ਜਾਵੇਗੀ। ਜੇ ਆਪਾਂ ਪਟਿਆਲਾ ਸ਼ਾਹੀ ਪੱਗ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਰਾਜੇ ਜਿਸ ਸਟਾਈਲ ਦੀ ਪੱਗ ਬੰਨ੍ਹਦੇ ਸੀ ਉਸ ਸਟਾਈਲ ਨੂੰ ਪਟਿਆਲਾ ਸ਼ਾਹੀ ਪੱਗ ਕਿਹਾ ਜਾਂਦਾ। ਇਸ ਵਿੱਚ ਰਾਈਟ ਸਾਈਡ ਤੋਂ ਲੜ ਥੱਲੇ ਵੱਲ ਆਉਂਦੀਆਂ, ਨੀਵੀਆਂ ਆਉਂਦੀਆਂ, ਅਤੇ ਲੈਫਟ ਸਾਈਡ ਤੋਂ ਲੜ ਉੱਤੇ ਵੱਲ ਜਾਂਦੀਆਂ। ਸਿਰ ਦਾ ਗੈਪ ਬਿਲਕੁਲ ਘੱਟ ਹੁੰਦਾ। ਸਾਈਡ ਤੋਂ ਪੱਗ ਫਲਾਵਟ ਵਿੱਚ ਹੁੰਦੀ ਹੈ ਅਤੇ ਪੱਗ ਦੀ ਸ਼ੇਪ ਬਿਲਕੁਲ ਗੋਲ ਹੁੰਦੀ ਹੈ, ਗੁਲਾਈ ਵਿੱਚ ਹੁੰਦੀ ਹੈ। ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇੱਥੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ ਅਤੇ ਬੈੱਲ ਆਈਕਨ ਵੀ ਜ਼ਰੂਰ ਦਬਾ ਦਿਉ ਤਾਂ ਜੋ ਜਦੋਂ ਵੀ ਨੈਕਸਟ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਅਪਡੇਟ ਮਿਲਦੀ ਰਹੇ, ਕਿਉਂਕਿ ਇਸ ਚੈਨਲ 'ਤੇ ਹਰੇਕ ਸਟਾਈਲ ਦੀ ਪੱਗ ਬਣਨੀ ਸਿਖਾਈ ਜਾਵੇਗੀ। ਜੇ ਤੁਹਾਡਾ ਵੀ ਕੋਈ ਕੁਐਸਚਨ ਹੈ ਜਾਂ ਤੁਹਾਨੂੰ ਵੀ ਪੱਗ ਬਣਨ ਵਿੱਚ ਕੋਈ ਪ੍ਰੋਬਲਮ ਫੇਸ ਹੁੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ, ਅਸੀਂ ਕਮੈਂਟ ਦਾ ਰਿਪਲਾਈ ਜ਼ਰੂਰ ਕਰਾਂਗੇ ਅਤੇ ਤੁਹਾਨੂੰ ਸਲਿਊਸ਼ਨ ਵੀ ਜ਼ਰੂਰ ਦੱਸਾਂਗੇ। ਚਲੋ ਵੀਡੀਓ ਸਟਾਰਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਲੜ ਨੂੰ ਚੰਗੀ ਤਰ੍ਹਾਂ ਖਿਲਾਰ ਲੈਣਾ, ਲੜ ਨੂੰ ਦੰਦਾਂ ਵਿੱਚ ਫੜਾਂਗੇ ਤਾਂ ਕਿ ਜੀਭ 'ਤੇ ਥੁੱਕ ਨਾ ਲੱਗੇ, ਲੜ ਗਿੱਲਾ ਨਾ ਹੋਵੇ। ਪਿੱਛੋਂ 50 ਦੀ ਗੰਢ ਦੇ ਉੱਤੋਂ ਪਹਿਲਾਂ ਲੜ ਲਿਆ ਕੇ ਆਉਣਾ, ਕੱਪੜਾ ਖਿੱਚ ਕੇ ਥੋੜ੍ਹਾ ਖਿਲਾਰ ਲੈਣਾ, ਲੜ ਨੂੰ ਥੋੜ੍ਹਾ ਚੌੜਾ ਕਰ ਲੈਣਾ, ਜਿਸ ਨਾਲ ਇੱਕ ਪਾਸੇ ਕੱਪੜਾ ਸਿੰਗਲ ਹੋ ਜਾਏਗਾ, ਇੱਕ ਪਾਸੇ ਜ਼ਿਆਦਾ ਹੋਏਗਾ। ਸਿੰਗਲ ਕੱਪੜੇ ਨੂੰ ਜ਼ਿਆਦਾ ਕੱਪੜੇ ਤੱਕ ਅੰਦਰ ਵੱਲ ਫੋਲਡ ਕਰ ਦੇਣਾ ਤਾਂ ਕਿ ਲੜ ਥੋੜ੍ਹਾ ਸਮੂਥ ਹੋ ਜਾਵੇ, ਮੋਟਾ ਹੋ ਜਾਵੇ। ਲੜ ਜਿੱਥੇ ਲਗਾਈ ਉੱਥੇ ਟਿਕਿਆ ਰਹੇ, ਖਿਸਕੇ ਨਾ। ਪਹਿਲਾਂ ਲੜ ਉਂਗਲਾਂ ਨਾਲ ਪ੍ਰੈਸ ਕਰਕੇ, ਉਂਗਲਾਂ ਦੇ ਟਿਪਸ ਨਾਲ ਪ੍ਰੈਸ ਕਰਕੇ ਲਗਾਵਾਂਗੇ। ਪਹਿਲੇ ਲੜ ਨਾਲ ਅੱਧਾ ਮੱਥਾ, ਅੱਧੀ ਅੱਖ, ਅੱਧੀ ਗੱਲ ਢੱਕ ਲੈਣੀ ਹੈ। ਲੜ ਥੋੜ੍ਹਾ ਮੋਟਾ ਹੋਣਾ ਚਾਹੀਦਾ, ਪਤਲਾ ਲੜ ਹੋਏਗਾ ਉਹ ਖਿਸਕ ਜਾਏਗਾ, ਸਲਿਪ ਹੋ ਜਾਏਗਾ, ਇਸ ਕਰਕੇ ਲੜ ਮੋਟਾ ਹੋਣਾ ਚਾਹੀਦਾ। ਤਿੰਨ ਉਂਗਲਾਂ ਚੌੜਾ ਹੋਏਗਾ ਪਹਿਲਾਂ ਲੜ, ਅੱਗੋਂ ਫੜ ਕੇ ਲੜ ਨੂੰ ਘੁਮਾ ਲੈਣਾ। ਕੱਪੜਾ ਖਿਲਾਰ ਕੇ ਸਹੀ ਕਰਾਂਗੇ, ਪੂਣੀ ਦੀ ਇੱਕ ਤੈਅ ਖੋਲ੍ਹ ਲੈਣੀ ਹੈ। ਇੱਕ ਤੈਅ ਖੋਲ੍ਹਣ ਨਾਲ ਕੱਪੜਾ ਥੱਲੇ ਸਿੰਗਲ ਹੋ ਜਾਏਗਾ ਅਤੇ ਉੱਤੇ ਜ਼ਿਆਦਾ ਕੱਪੜਾ ਹੋਏਗਾ। ਉੱਤੇ ਵਾਲੇ ਜ਼ਿਆਦਾ ਕੱਪੜੇ ਨੂੰ ਪੈਰਲਰ ਹੱਥਾਂ ਦੇ ਨਾਲ ਬਰਾਬਰ ਖਿਲਾਰਨਾ, ਸਾਰਾ ਲੜ ਖੋਲ੍ਹ ਲੈਣਾ ਚੰਗੀ ਤਰ੍ਹਾਂ। ਲੈਫਟ ਹੈਂਡ ਨਾਲ ਲੜ ਨੂੰ ਪਿੱਛੋਂ ਫੜਾਂਗੇ ਅਤੇ ਰਾਈਟ ਹੈਂਡ ਨਾਲ ਲੜ ਨੂੰ ਕੰਨ ਕੋਲੋਂ ਫੜ ਲੈਣਾ, ਕੰਨ ਕੋਲੋਂ ਲੜ ਉੱਚਾ ਰੱਖਣਾ, ਹੌਲੀ ਹੌਲੀ ਖਿਸਕਾ ਕੇ ਹੱਥ ਅੱਗੇ ਲੈ ਕੇ ਆਉਣਾ। ਰਾਈਟ ਹੈਂਡ ਦੇ ਅੰਗੂਠੇ ਅਤੇ ਉਂਗਲਾਂ ਦੇ ਨਾਲ ਲੜ ਨੂੰ ਅੰਦਰ ਕਰ ਦੇਣਾ, ਕੱਪੜਾ ਅੰਦਰ ਕਰ ਦਾਂਗੇ। ਵੱਟ ਪੈਰੇ ਨੇ ਲੜ ਖਿੱਚਣਾ, ਜਿਵੇਂ ਲੜ ਸਾਫ਼ ਹੋਏਗਾ ਫਿਰ ਕੱਪੜਾ ਅੰਦਰ ਕਰ ਦੇਣਾ। ਜਦੋਂ ਤੱਕ ਲੜ ਫਰੰਟ ਤੋਂ ਸਾਫ਼ ਨਹੀਂ ਹੁੰਦਾ ਅਤੇ ਲੜ ਟਾਈਟ ਨਹੀਂ ਹੁੰਦਾ ਉਦੋਂ ਤੱਕ ਇਸੇ ਤਰੀਕੇ ਨਾਲ ਆਪਾਂ ਕੱਪੜਾ ਖਿੱਚ ਕੇ ਅੰਦਰ ਕਰਾਂਗੇ।
ਜਿਸ ਨਾਲ ਲੜ ਟਾਈਟ ਹੋ ਜਾਏਗਾ ਅਤੇ ਆਪਣਾ ਸਾਰਾ ਲੜ ਸਾਫ਼ ਹੋ ਜਾਏਗਾ। ਲੜ ਨੂੰ ਥੋੜ੍ਹਾ ਚੌੜਾ ਕਰਕੇ ਪਹਿਲੇ ਲੜ ਵਾਂਗ ਹੀ ਦੂਜੇ ਲੜ ਨੂੰ ਵੀ ਉਂਗਲਾਂ ਦੇ ਟਿਪਸ ਨਾਲ ਪ੍ਰੈਸ ਕਰਦੇ ਹੋਏ ਦੂਜਾ ਲੜ ਲਗਾ ਦਾਂਗੇ। ਦੂਜੇ ਲੜ ਦੀ ਚੌੜਾਈ ਇੰਨੀ ਕੁ ਹੋਵੇ ਵੀ ਆਪਣਾ ਕੰਨ ਢੱਕਿਆ ਜਾਵੇ, ਲੜ ਜ਼ਿਆਦਾ ਚੌੜਾ ਨਾ ਹੋਵੇ, ਸਿਰਫ ਕੰਨ ਢੱਕਣ ਜੋਗਾ ਲੜ ਚੌੜਾ ਹੋਣਾ ਚਾਹੀਦਾ। ਉਸੇ ਤਰੀਕੇ ਅੱਗੋਂ ਲੜ ਫੜ ਕੇ ਘੁਮਾ ਲੈਣਾ। ਪੱਗ ਦੀ ਬੈਕ ਤੋਂ ਵੀ ਸ਼ੇਪ ਬਣਾਉਣ ਲਈ ਲੜ ਨੂੰ ਥੋੜ੍ਹਾ ਇਕੱਠਾ ਕਰ ਲਾਂਗੇ ਤਾਂ ਕਿ ਪਿੱਛੋਂ ਪੱਗ ਚੌੜੀ ਨਾ ਹੋਵੇ। ਪਲੇਨ ਸਾਈਡ ਤੋਂ ਸੈਕਿੰਡ ਲੜ ਨੂੰ ਵੀ ਸੇਮ ਤਰੀਕੇ ਨਾਲ ਇੱਕ ਤੈਅ ਖੋਲਣੀ ਹੈ ਪੂਣੀ ਦੀ। ਥੱਲੇ ਕੱਪੜਾ ਸਿੰਗਲ ਹੋ ਜਾਏਗਾ, ਉੱਤੇ ਜ਼ਿਆਦਾ ਕੱਪੜਾ ਜਿਹੜਾ ਉਹਨੂੰ ਬਰਾਬਰ ਹੱਥਾਂ ਨਾਲ ਖਿਲਾਰ ਲੈਣਾ ਤਾਂ ਕਿ ਕੱਪੜਾ ਆਪਣਾ ਡਿਵਾਈਡ ਹੋ ਜਾਏ, ਇੱਕ ਜਗ੍ਹਾ 'ਤੇ ਇਕੱਠਾ ਨਾ ਹੋਇਆ ਰਹੇ। ਮੋਢੇ ਤੋਂ ਧੋਣ ਤੱਕ ਪਿੱਛੇ ਵੱਲ ਨੂੰ ਕੱਪੜਾ ਖਿਲਾਰਨਾ। ਹੱਥ ਨਾਲ ਲੜ ਪਿੱਛੋਂ ਫੜ ਕੇ ਦੂਜੇ ਹੱਥ ਨਾਲ ਪਹਿਲੇ ਲੜ ਦੇ ਬਰਾਬਰ ਜੇ ਦੂਜੇ ਲੜ ਲਗਾਵਾਂਗੇ। ਲੜ ਲਗਾਉਂਦੇ ਹੋਏ ਅੱਗੋਂ ਲੈ ਕੇ ਪਿੱਛੇ ਤੱਕ ਉਂਗਲਾਂ ਫੇਰਨੀਆਂ ਤਾਂ ਕਿ ਲੜ ਆਪਣਾ ਉੱਤੋਂ ਸਾਫ਼ ਹੋ ਜਾਵੇ। ਉਂਗਲਾਂ ਅਤੇ ਅੰਗੂਠੇ ਨਾਲ ਕੱਪੜਾ ਅੰਦਰ ਕਰਨਾ, ਵੱਟ ਪੈਣਗੇ ਵੱਟ ਖਿੱਚ ਲੈਣਾ, ਖਿੱਚ ਕੇ ਦੁਬਾਰਾ ਫੇਰ ਅੰਦਰ ਕਰ ਦੇਣਾ। ਅੱਗੋਂ ਲੈ ਕੇ ਪਿੱਛੇ ਤੱਕ ਉਂਗਲਾਂ ਫੇਰਾਂਗੇ, ਨਾਲ ਦੀ ਨਾਲ ਲੜ ਸਾਫ਼ ਕਰੀ ਜਾਣਾ। ਬਰਾਬਰ ਹੱਥਾਂ ਨਾਲ ਲੜ ਨੂੰ ਖਿਲਾਰ ਲੈਣਾ, ਚੌੜਾ ਕਰ ਲੈਣਾ। ਉਂਗਲਾਂ ਫੇਰਦੇ ਹੋਏ, ਉਂਗਲਾਂ ਨਾਲ ਪ੍ਰੈਸ ਕਰਦੇ ਹੋਏ ਤੀਜੇ ਲੜ ਵੀ ਆਪਾਂ ਲਗਾ ਦਾਂਗੇ। ਉੱਤੇ ਜਿਹੜਾ ਜ਼ਿਆਦਾ ਫਾਲਤੂ ਕੱਪੜਾ, ਲੜ ਥੋੜ੍ਹਾ ਚੌੜਾ ਹੋਇਆ, ਉਹਨੂੰ ਉਂਗਲਾਂ ਨਾਲ ਕੱਪੜਾ ਅੰਦਰ ਕਰ ਦੇਣਾ, ਲੜ ਦੀ ਚੌੜਾਈ ਘਟਾ ਦੇਣੀ ਹੈ। ਅੱਗੋਂ ਫੜ ਕੇ ਲੜ ਘੁਮਾ ਲੈਣਾ। ਪਿੱਛੋਂ ਪੱਗ ਦੀ ਸ਼ੇਪ ਬਣਾਉਣ ਲਈ ਉਂਗਲਾਂ ਅਤੇ ਅੰਗੂਠੇ ਨਾਲ ਕੱਪੜਾ ਇਕੱਠਾ ਕਰ ਦਾਂਗੇ ਤਾਂ ਕਿ ਬੈਕ ਤੋਂ ਵੀ ਪੱਗ ਦੀ ਸ਼ੇਪ ਬਣ ਜਾਵੇ। ਫਲਾਵਟ ਲਿਆਉਣ ਲਈ ਕਈ ਵੀਰ ਕੱਪੜਾ ਪਾਉਂਦੇ ਨੇ ਤਾਂ ਕਿ ਪੱਗ ਦੀ ਫਲਾਵਟ ਆ ਸਕੇ, ਪਰ ਜੇ ਆਪਾਂ ਤੀਜੇ ਲੜ ਨੂੰ ਉੱਤੋਂ ਦੀ ਅੰਦਰ ਵੱਲ ਮੋੜ ਦਾਂਗੇ ਤਾਂ ਆਪਾਂ ਨੂੰ ਐਕਸਟਰਾ ਕੱਪੜਾ ਪਾਉਣ ਦੀ ਲੋੜ ਨਹੀਂ ਪੈਂਦੀ, ਫਲਾਵਟ ਆਟੋਮੈਟਿਕਲੀ ਆ ਜਾਂਦੀ ਹੈ। ਸਾਈਡ ਤੋਂ ਤੀਸਰਾ ਲੜ ਵੀ ਆਪਾਂ ਪਿਛਲੇ ਲੜਾਂ ਵਾਂਗ ਹੀ ਖਿਲਾਰਾਂਗੇ। ਬਰਾਬਰ ਹੱਥ ਨਾਲ ਕੱਪੜਾ ਡਿਵਾਈਡ ਕਰਨਾ। ਕੱਪੜਾ ਖਿਲਾਰ ਕੇ ਇੱਕ ਹੱਥ ਨਾਲ ਲੜ ਪਿੱਛੋਂ ਫੜ ਲੈਣਾ, ਦੂਜੇ ਹੱਥ ਨਾਲ ਕੰਨ ਕੋਲੋਂ ਲੜ ਉੱਚਾ ਚੁੱਕਦੇ ਹੋਏ ਪਿਛਲੇ ਲੜ ਦੇ ਬਰਾਬਰ ਹੀ ਲੜ ਲਗਾਉਣਾ। ਜਦੋਂ ਆਪਾਂ ਉਂਗਲਾਂ ਫੇਰਦੇ ਹਾਂ ਤਾਂ ਲੜ ਥੋੜ੍ਹਾ ਨੀਵਾਂ ਹੋ ਜਾਂਦਾ, ਪਹਿਲਾਂ ਲੜ ਆਪਾਂ ਬਰਾਬਰ ਹੀ ਰੱਖਣਾ ਹੁੰਦਾ। ਜਦੋਂ ਉਂਗਲਾਂ ਨਾਲ ਆਪਾਂ ਲੜ ਸਾਫ਼ ਕਰਦੇ ਹਾਂ ਤਾਂ ਉਂਗਲਾਂ ਫੇਰਨ ਨਾਲ ਲੜ ਥੋੜ੍ਹਾ ਜਿਹਾ ਨੀਵਾਂ ਹੋ ਜਾਂਦਾ। ਸੋ ਜੇ ਆਪਾਂ ਪਹਿਲੀ ਲੜ ਨੀਵਾਂ ਰੱਖਾਂਗੇ ਤਾਂ ਫਿਰ ਜਦੋਂ ਆਪਾਂ ਲੜ ਸਾਫ਼ ਕਰਨ ਲਈ ਉਂਗਲਾਂ ਫੇਰਾਂਗੇ ਤਾਂ ਲੜ ਜ਼ਿਆਦਾ ਨੀਵਾਂ ਹੋ ਜਾਏਗਾ। ਇਸ ਕਰਕੇ ਪਹਿਲਾਂ ਲੜ ਨੂੰ ਪਿਛਲੇ ਲੜ ਦੇ ਬਰਾਬਰ ਹੀ ਰੱਖੋ, ਜਦੋਂ ਆਪਾਂ ਉਂਗਲਾਂ ਫੇਰਾਂਗੇ ਤਾਂ ਲੜ ਥੋੜ੍ਹਾ ਜਿਹਾ ਨੀਵਾਂ ਹੋ ਜਾਏਗਾ। ਅੱਗੋਂ ਲੈ ਕੇ ਪਿੱਛੇ ਤੱਕ ਉਂਗਲਾਂ ਫੇਰਨੀਆਂ, ਲੜ ਨੂੰ ਜੋ ਵੱਟ ਪੈ ਰਹੇ ਨੇ ਅੱਗੋਂ ਵੱਟ ਖਿੱਚਣਾ, ਖਿੱਚ ਕੇ ਕੱਪੜਾ ਅੰਦਰ ਕਰ ਦਾਂਗੇ। ਪਟਿਆਲਾ ਸ਼ਾਹੀ ਦੇ ਵਿੱਚ ਆਪਣੇ ਪਹਿਲੇ ਤਿੰਨ ਲੜ ਸਿੱਧੇ ਲੱਗਦੇ ਹੁੰਦੇ ਹੈ, ਜਿਹੜਾ ਚੌਥਾ ਲੜ ਹੈ ਚੌਥਾ ਲੜ ਪਿੱਛੇ ਨੂੰ ਡਿੱਗਦਾ ਹੈ। ਪਟਿਆਲਾ ਸ਼ਾਹੀ ਦੀ ਜਿਹੜੀ ਸ਼ੇਪ ਹੈ ਉਹ ਚੌਥੇ ਲੜ ਤੋਂ ਬਣਨੀ ਸਟਾਰਟ ਹੁੰਦੀ ਹੈ। ਉਸੇ ਤਰੀਕੇ ਪਿੱਛੋਂ ਸ਼ੇਪ ਬਣਾ ਕੇ ਪੱਗ ਦੀ ਫਿਰ ਅਗਲਾ ਲੜ ਲਗਾਉਣਾ।
ਜਿਹੜਾ ਲੜ ਆਪਾਂ ਮੂੰਹ 'ਚ ਫੜਿਆ ਹੋਇਆ ਉਹ ਤੀਜੇ ਜਾਂ ਚੌਥੇ ਲੜ ਤੋਂ ਬਾਅਦ ਛੱਡ ਦੇਣਾ। ਪਿਛਲੇ ਲੜਾਂ ਵਾਂਗ ਹੀ ਕੱਪੜਾ ਬਰਾਬਰ ਹੱਥ ਨਾਲ ਖਿਲਾਰਨਾ ਹੈ, ਮੋਢੇ ਤੋਂ ਧੋਣ ਤੱਕ ਕੱਪੜਾ ਖਿਲਾਰਨਾ ਹੈ। ਪਟਿਆਲਾ ਸ਼ਾਹੀ ਦੇ ਵਿੱਚ ਸਾਰੇ ਲੜ ਸੇਮ ਤਰੀਕੇ ਨਾਲ ਲੱਗਦੇ ਹੈ, ਜਿਵੇਂ ਆਪਾਂ ਦੂਜਾ ਲੜ ਲਗਾ ਲਿਆ ਉਸੇ ਤਰੀਕੇ ਸਾਰੇ ਲੜ ਲੱਗਣਗੇ, ਇਸੇ ਕਰਕੇ ਪਟਿਆਲਾ ਸ਼ਾਹੀ ਪੱਗ ਨੂੰ ਸਭ ਤੋਂ ਸੌਖੀ ਪੱਗ ਵੀ ਕਿਹਾ ਜਾਂਦਾ, ਕਿਉਂਕਿ ਵਾਰ ਵਾਰ ਸਾਰੀਆਂ ਚੀਜ਼ਾਂ ਰਿਪੀਟ ਹੋਈ ਜਾਂਦੀਆਂ, ਹਰੇਕ ਲੜ 'ਚ ਸੇਮ ਚੀਜ਼ ਰਿਪੀਟ ਹੋ ਰਹੀ ਹੈ। ਜਦੋਂ ਤੱਕ ਲੜ ਸਾਫ਼ ਨਹੀਂ ਹੁੰਦਾ ਉਦੋਂ ਤੱਕ ਆਪਾਂ ਇਸੇ ਤਰੀਕੇ ਕੱਪੜੇ ਨੂੰ ਅੰਦਰੋਂ ਬਾਹਰ ਕੱਢਣਾ ਹੈ ਅਤੇ ਦੁਬਾਰਾ ਫਿਰ ਅੰਦਰ ਕਰ ਦੇਣਾ। ਪੰਜਵੇਂ ਲੜ ਨੂੰ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਖਿਲਾਰ ਕੇ ਕੱਪੜੇ ਨੂੰ ਫਿਰ ਲਗਾਵਾਂਗੇ ਲੜ। ਬੈਗ ਤੋਂ ਹੀ ਪੱਗ ਦੀ ਸੋਹਣੀ ਸ਼ੇਪ ਬਣਾਉਣ ਲਈ ਆਪਾਂ ਪਿੱਛੋਂ ਲੜ ਇਕੱਠਾ ਕਰ ਦੇਣਾ ਹੈ, ਤਾਂ ਕਿ ਪਿੱਛੋਂ ਹੀ ਪੱਗ ਸੋਹਣੀ ਲੱਗੇ, ਪਿੱਛੋਂ ਦੇਖੀਏ ਤਾਂ ਪਿੱਛੋਂ ਹੀ ਪੱਗ ਸੋਹਣੀ ਲੱਗੇ। ਪਿੱਛੋਂ ਲੜ ਚੰਗੀ ਤਰ੍ਹਾਂ ਖਿਲਾਰ ਕੇ ਕੱਪੜਾ ਸਹੀ ਕਰਨਾ, ਲਾਸਟ ਲੜ ਜੋ ਲੱਗਿਆ ਹੋਇਆ ਉਸ ਦੀ ਬਰਾਬਰੀ ਇਹ ਵਾਲਾ ਲੜ ਵੀ ਲਗਾਵਾਂਗੇ ਆਪਾਂ। ਲੜ ਦੇ ਵਿੱਚ ਉਂਗਲਾਂ ਫੇਰਨੀਆਂ, ਉਂਗਲਾਂ ਫੇਰ ਕੇ ਲੜ ਸਾਫ਼ ਹੋਏਗਾ, ਕਿਉਂਕਿ ਆਪਾਂ ਨੂੰ ਉੱਤੋਂ ਲੜ ਦਿਖਦਾ ਨਹੀਂ, ਪਰ ਜਦੋਂ ਆਪਾਂ ਉਂਗਲਾਂ ਫੇਰਦੇ ਹਾਂ ਤਾਂ ਲੜ ਸਾਫ਼ ਹੋ ਜਾਂਦਾ, ਉਂਗਲਾਂ ਨਾਲ ਆਪਾਂ ਨੂੰ ਪਤਾ ਲੱਗਦਾ ਕਿੱਥੇ ਵੱਟ ਪੈ ਰਿਹਾ, ਕਿੱਥੇ ਲੜ ਸਾਫ਼ ਹੈ, ਤਾਂ ਹਰੇਕ ਲੜ ਦੇ ਵਿੱਚ ਉਂਗਲਾਂ ਫੇਰ ਕੇ ਲੜ ਲਗਾਉਣਾ ਜ਼ਰੂਰੀ ਹੈ। ਕੱਪੜਾ ਖਿੱਚ ਕੇ ਅੰਦਰ ਕਰਨਾ ਹੈ ਤਾਂ ਕਿ ਆਪਣਾ ਪਿੱਛੇ ਤੱਕ ਲੜ ਸਾਰਾ ਸਾਫ਼ ਹੋ ਜਾਵੇ। ਛੇਵਾਂ ਲੜ ਹੈ ਇਹ, ਕਿਉਂਕਿ ਲੜ ਲਾਸਟ ਹੋਣ ਕਰਕੇ, ਅਖੀਰਲਾ ਲੜ ਹੋਣ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕੱਪੜਾ ਖਿਲਾਰ ਕੇ ਫਿਰ ਲਗਾਵਾਂਗੇ। ਲੜ ਦੀ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ, ਪੱਗ ਦੀ ਸ਼ੇਪ ਦਾ ਧਿਆਨ ਰੱਖਣਾ ਜ਼ਰੂਰੀ ਹੈ, ਸਾਰੇ ਲੜ 'ਚ ਕੱਪੜਾ ਬਰਾਬਰ ਹੋਣਾ ਜ਼ਰੂਰੀ ਹੈ, ਕਿਤੇ ਇੱਕ ਜਗ੍ਹਾ 'ਤੇ ਕੱਪੜਾ ਇਕੱਠਾ ਨਾ ਹੋਇਆ ਰਹਿ ਜਾਵੇ, ਤਾਂ ਕਰਕੇ ਬਰਾਬਰ ਹੱਥ ਨਾਲ ਖਿਲਾਰਨਾ ਜ਼ਰੂਰੀ ਹੈ ਕੱਪੜੇ ਨੂੰ। ਕਲਗੀ ਵਾਲਾ ਲੜ ਲਗਾਉਣ ਤੋਂ ਪਹਿਲਾਂ ਲੁੱਪੀ ਨੂੰ ਆਪਾਂ ਟੈਂਪਰੇਰੀ ਅੰਦਰ ਕਰ ਲੈਣਾ, ਲੁੱਪੀ ਲਗਾ ਕੇ ਹੁਣ ਆਪਾਂ ਪੱਗ ਦੀ ਸਫਾਈ ਵੱਲ ਧਿਆਨ ਦੇਵਾਂਗੇ। ਸਿਲਾਈ ਨਾਲ ਆਪਾਂ ਲੜ ਸਾਫ਼ ਕਰ ਲੈਣੇ ਹੈ, ਕੋਸ਼ਿਸ਼ ਕਰਨੀ ਹੈ ਵੀ ਪੱਗ ਬੰਨ੍ਹਦੇ ਹੋਏ ਲੜ ਸਾਫ਼ ਰੱਖੇ ਜਾਣ, ਸਿਲਾਈ ਘੱਟ ਤੋਂ ਘੱਟ ਯੂਜ਼ ਕਰਨੀ ਚਾਹੀਦੀ ਹੈ ਪੱਗ ਦੇ ਵਿੱਚ, ਕਦੇ ਵੀ ਸਿਲਾਈ 'ਤੇ ਡਿਪੈਂਡੈਂਟ ਹੋ ਕੇ ਪੱਗ ਨਹੀਂ ਬੰਨ੍ਹਣੀ ਚਾਹੀਦੀ, ਵੀ ਆਪਾਂ ਪਹਿਲਾਂ ਲੜ ਲਗਾਈ ਜਾਈਏ ਵੀ ਸੋਚੀਏ ਬਾਅਦ 'ਚ ਲੜ ਸਾਫ਼ ਕਰ ਲਵਾਂਗੇ ਸਿਲਾਈ ਨਾਲ, ਜੇ ਲੜ ਸਹੀ ਲੱਗਿਆ ਹੋਇਆ ਤਾਂ ਹੀ ਉਹ ਸਹੀ ਹੋਏਗਾ, ਇਹ ਨਹੀਂ ਹੈ ਵੀ ਪਹਿਲਾਂ ਆਪਾਂ ਲੜ ਗਲਤ ਲਗਾ ਲਈਏ
ਫਿਰ ਸੋਚੀ ਸਲਾਈ ਨਾਲ ਸਹੀ ਕਰ ਲਾਂਗੇ, ਇੱਦਾਂ ਨਹੀਂ ਹੋਏਗਾ। ਸੋ ਲੜ ਲਗਾਉਂਦੇ ਹੋਏ ਲੜ ਸਾਫ ਰੱਖਣਾ, ਸਹੀ ਰੱਖਣਾ, ਸਲਾਈ ਘੱਟ ਤੋਂ ਘੱਟ ਯੂਜ਼ ਕਰਨੀ ਹੈ ਪੱਗ 'ਚ। ਸਾਰੀ ਲੜ ਸਲਾਈ ਨਾਲ ਚੰਗੀ ਤਰ੍ਹਾਂ ਸਾਫ ਕਰ ਲਾਂਗੇ। ਲੜ ਸਾਫ ਕਰਨ ਤੋਂ ਬਾਅਦ ਆਪਾਂ ਕਲਗੀ ਵਾਲਾ ਲੜ ਲਗਾਵਾਂਗੇ। ਪਹਿਲਾਂ ਸਾਰਾ ਲੜ ਖੋਲ੍ਹ ਲੈਣਾ, ਫਿਰ ਇੱਕ ਸਾਈਡ ਤੋਂ ਹਾਫ ਹਾਫ ਕੱਪੜਾ ਫੋਲਡ ਕਰ ਲੈਣਾ। ਪਿੱਛੇ ਤੱਕ ਸਾਰਾ ਕੱਪੜਾ ਚੰਗੀ ਤਰ੍ਹਾਂ ਫੋਲਡ ਹੋ ਜਾਣਾ ਚਾਹੀਦਾ। ਕੱਪੜਾ ਫੋਲਡ ਹੋਣ ਤੋਂ ਬਾਅਦ ਲੜ ਨੂੰ ਫੜ ਕੇ ਆਪਾਂ ਉੱਤੇ ਲਗਾਵਾਂਗੇ। ਚੰਗੀ ਤਰ੍ਹਾਂ ਲੜ ਨੂੰ ਖਿੱਚਣਾ। ਫਾਲਤੂ ਕੱਪੜੇ ਨੂੰ ਆਪਾਂ ਅੰਦਰ ਫੋਲਡ ਕਰ ਦਾਂਗੇ, ਜਿਸ ਨਾਲ ਆਪਣਾ ਲੜ ਸਾਫ ਵੀ ਹੋ ਜਾਏਗਾ ਅਤੇ ਜਿੰਨਾ ਚੌੜਾ ਲੜ ਆਪਾਂ ਨੂੰ ਚਾਹੀਦਾ ਉਹਦੀ ਚੌੜਾਈ ਵੀ ਉਨੀ ਹੋ ਜਾਏਗੀ। ਪਿੱਛੋਂ ਲੈ ਕੇ ਅੱਗੇ ਤੱਕ ਸਾਰਾ ਕੱਪੜਾ ਇਸੇ ਤਰੀਕੇ ਫੋਲਡ ਕਰ ਲੈਣਾ। ਪਟਿਆਲਾ ਸ਼ਾਹੀ ਪੱਗ ਦੇ ਵਿੱਚ ਫਰੰਟ 'ਤੇ ਪਿੰਨ ਨਹੀਂ ਲੱਗਦੀ ਹੁੰਦੀ, ਪਿੰਨ ਤੋਂ ਬਿਨਾਂ ਹੀ ਲੜ ਘੁੰਮਦਾ ਹੁੰਦਾ। ਛੇਵਾਂ ਲੜ ਹੈ, ਛੇਵੇਂ ਲੜ ਦੀ ਸਪੋਰਟ ਦੇ ਨਾਲ ਲੜ ਘੁੰਮਦਾ ਹੁੰਦਾ। ਲੈਫਟ ਹੈਂਡ ਨਾਲ ਲੜ ਆਪਾਂ ਉੱਤੋਂ ਲੜ ਫੜਾਂਗੇ ਅਤੇ ਰਾਈਟ ਹੈਂਡ ਦੀਆਂ ਉਂਗਲਾਂ ਅਤੇ ਅੰਗੂਠੇ ਦੇ ਨਾਲ ਲੜ ਘੁੰਮਾਉਣਾ। ਪੇਚਾਂ ਵਾਲੀ ਸਾਈਡ ਲੜ ਨੂੰ ਘੁੰਮਾਉਣਾ, ਚੰਗੀ ਤਰ੍ਹਾਂ ਲੜ ਘੁੰਮਾ ਲੈਣਾ। ਬਚਦਾ ਹੋਇਆ ਇਹ ਕੱਪੜਾ ਚੰਗੀ ਤਰ੍ਹਾਂ ਸੈਂਟਰ ਵਿੱਚ ਅੰਦਰ ਕਰ ਦੇਣਾ। ਲੜ ਨੂੰ ਚੰਗੀ ਤਰ੍ਹਾਂ ਸਾਫ ਕਰ ਲਾਂਗੇ। ਉਸ ਤੋਂ ਬਾਅਦ ਪਿੱਛੋਂ ਲੁੱਪੀ ਕੱਢਣੀ ਹੈ ਅਤੇ ਸਿਰ ਢੱਕਾਂਗੇ ਆਪਾਂ। ਸਿਰ ਢੱਕਣ ਵਾਲੇ ਕੱਪੜੇ ਨੂੰ ਚੰਗੀ ਤਰ੍ਹਾਂ ਖੋਲ੍ਹ ਲੈਣਾ। ਡਬਲ ਕੱਪੜਾ ਰੱਖ ਕੇ ਆਪਾਂ ਸਿਰ ਢੱਕਣਾ। ਕੱਪੜਾ ਖਿਲਾਰਦੇ ਹੋਏ ਧਿਆਨ ਰੱਖਣਾ ਵੀ ਪਹਿਲੇ ਲੜ ਨੂੰ ਖਿੱਚਣਾ ਪਵੇ। ਜੇ ਪਹਿਲੇ ਲੜ ਨੂੰ ਖਿੱਚ ਪੈਂਦੀ ਹੈ ਤਾਂ ਫਰੰਟ ਤੋਂ ਪਹਿਲਾ ਲੜ ਅੰਦਰ ਵੜ ਜਾਏਗਾ। ਸੋ ਆਰਾਮ ਨਾਲ ਕੱਪੜਾ ਖਿਲਾਰਨਾ। ਜੁੜੇ ਵਾਲੀ ਜਗ੍ਹਾ 'ਤੇ ਵੀ ਧਿਆਨ ਰੱਖਣਾ ਵੀ ਕੱਪੜੇ ਦੀ ਗੰਢ ਨਾ ਬਣੇ। ਕਈ ਵਾਰ ਕੱਪੜੇ ਦੀ ਗੰਢ ਬਣ ਜਾਂਦੀ ਹੈ ਤਾਂ ਉਹ ਚੁੱਭਦੀ ਰਹਿੰਦੀ ਹੈ ਜੁੜੇ ਵਾਲੀ ਜਗ੍ਹਾ 'ਤੇ, ਇਸ ਕਰਕੇ ਉਹ ਗੰਢ ਨੂੰ ਨਹੀਂ ਬਣਨ ਦੇਣਾ। ਚੰਗੀ ਤਰ੍ਹਾਂ ਕੱਪੜਾ ਖਿਲਾਰ ਲੈਣਾ। ਸਿਰ ਢੱਕਣ ਲਈ ਜਿੰਨਾ ਆਪਾਂ ਨੂੰ ਕੱਪੜਾ ਚਾਹੀਦਾ ਉੰਨਾ ਆਪਾਂ ਲੜ ਨੂੰ ਖਿਲਾਰ ਲਾਂਗੇ, ਖੋਲ੍ਹ ਲਾਂਗੇ। ਫਿਰ ਦੋਨੇ ਹੱਥਾਂ ਦੇ ਨਾਲ ਕੱਪੜਾ ਅੰਦਰ ਕਰਨਾ। ਪਹਿਲਾਂ ਇੱਕ ਸਾਈਡ ਤੋਂ ਕੱਪੜਾ ਚੰਗੀ ਤਰ੍ਹਾਂ ਅੰਦਰ ਕਰ ਲੈਣਾ, ਫਿਰ ਦੂਜੀ ਸਾਈਡ ਤੋਂ ਅੱਗੋਂ ਲੈ ਕੇ ਪਿੱਛੇ ਤੱਕ ਸਾਰਾ ਕੱਪੜਾ ਚੰਗੀ ਤਰ੍ਹਾਂ ਅੰਦਰ ਕਰ ਲਾਂਗੇ। ਸਿਰ ਢੱਕਣ ਤੋਂ ਬਾਅਦ ਲੁੱਪੀ ਵਾਲਾ ਕੱਪੜਾ ਖਿੱਚ ਲੈਣਾ। ਲੁੱਪੀ ਨੂੰ ਖਿੱਚ ਕੇ ਜਿਵੇਂ ਕਲਗੀ ਵਾਲਾ ਲੜ ਆਪਾਂ ਲਗਾਇਆ ਸੀ ਉਸੇ ਤਰੀਕੇ ਲੁੱਪੀ ਨੂੰ ਵੀ ਹਾਫ ਹਾਫ ਕੱਪੜਾ ਸਾਈਡਾਂ ਤੋਂ ਫੋਲਡ ਕਰਕੇ ਲਗਾਵਾਂਗੇ। ਲੁੱਪੀ ਵਾਲਾ ਲੜ ਥੋੜ੍ਹਾ ਚੌੜਾ ਰੱਖਣਾ, ਸਾਰਾ ਕੱਪੜਾ ਚੰਗੀ ਤਰ੍ਹਾਂ ਅੰਦਰ ਕਰ ਦੇਣਾ। ਹੁਣ ਮੁੱਢ ਤੋਂ ਹੀ ਰਹੀਆਂ।
ਔਰ ਟੋਪੀ ਤਾਂ ਮੈਂ